श्रीकाल जी सारयां नूं। ਹਾਂਜੀ ਇੱਕ ਵਾਰੀ ਸਵਾਗਤ ਆ ਫਿਰ ਤੋਂ ਹੀ ਤੁਹਾਡਾ ਤੇ ਆਪਾਂ ਹੁਣ ਮਿਲਵਾਏ ਆ ਤਾਂ ਸਾਰਿਆਂ ਨੂੰ ਅਜੋਕਾ ਸਮਾਂ ਅੱਜ ਦੇ ਸਮੇਂ ਦੇ ਵਿੱਚ ਤੇ ਅਜਿਹਾ ਸਿਸਟਮ ਹੋ ਗਿਆ ਪਹਿਲੇ ਨੰਬਰ ਤੇ ਕੋਈ ਰਿਸ਼ਤੇਦਾਰ ਸੇਵੀ ਕਰੇ ਜਦੋਂ ਬਿਲ ਦੇ ਘਰ ਜਾਂਦੇ ਨੇ ਇਹੀ ਵਾਪਰ ਰਿਹਾ Thank you.
ਇਹ ਆਈ ਸਾਡਾ ਭਾਂਜਾ ਜਿਹੜਾ ਕਿ ਇੱਥੇ ਬੈਠਾ ਬੈਠਾ ਪੀ ਆਰ ਹੋ ਗਿਆ। ਸੋ ਇਹ ਤੋਂ ਹੁਣ ਆਪਾਂ ਨੇ ਵੱਡੀ ਸਾਰੀ ਪਾਰਟੀ ਲੈਣੀ ਆ। ਹੁਣ ਇਹ ਮੁੰਡਾ ਕੈਨੇਡਾ ਦਾ ਵਸਨੀਕ ਹੋ ਗਿਆ। ਪ੍ਰਦੀਪ ਕਹਿ ਕੁਛ ਪੁੱਤ ਖੁਸ਼ੀ ਕਿੰਨੀ ਕਾ ਬਾ ਠੀਕ ਆ। ਕੈਨੇਡਾ ਜਾ ਕੇ ਮਸ਼ੀਨ ਬਣੇਗਾ ਕਿ ਬੰਦੇ ਹੀ ਰਹੇਗਾ? ਸਹੀ ਦੱਸੀ ਦੇਖੋ ਡਿਪੈਂਡ ਕਰਦਾ ਦੱਸਿਆ ਡਿਪੈਂਡ ਕਰਦਾ ਹੁਣ ਜਿਹੋ ਜਿਹਾ ਸਰਕਲ ਹੋਇਆ ਬਣਨਾ ਇਹ ਤਾਂ ਹੈ। ਪਰ ਇਨਸਾਨ ਵੀ ਤੇ ਰਹੇ ਯਾਰ ਮਸ਼ੀਨ ਦੇ ਤੌਰ ਤੇ ਮਸ਼ੀਨ ਆਪਦੀ ਜਗ੍ਹਾ ਹਨਾ। ਔਰ ਬੀਜੇਪੀ ਕਹਿਣ ਚ ਦੋ ਦਿਨ ਤਾਂ ਠੀਕ ਆਪਦੇ ਲਈ ਚਾਹੀਦੇ ਨੇ ਚਾਹੀਦੇ ਨੇ ਫਿਰ ਫਾਇਦਾ ਕਮਾਉਣ ਦਾ ਵੀ ਤੇ ਵਧੀਆ ਵਧੀਆ ਭਾਈ ਬਹੁਤ ਖੁਸ਼ੀ ਆ। ਇਹ ਮੁੰਡਾ ਇੱਥੇ ਹੁਣ ਨਾਨਕੇ ਘਰ ਰਹਿੰਦਾ ਸੀਗਾ ਮੰਮੀ ਪਾਪਾ ਇਹਦੇ ਗਏ ਹੋਏ ਨੇ ਤੇ ਸਿਸਟਰ ਪਹਿਲੇ ਹੀ ਉਹ ਉੱਥੇ ਦੇ ਵਸਨੀਕ ਨੇ ਜੀ। ਕਿਹੜੇ ਸਾਲ ਵੀ ਦੇ ਵੈਨਕੂਵਰ ਕਨੇਡਾ ਚ ਜੀ। ਸੋ ਇਹਨੇ ਮੁੰਡੇ ਨੇ ਵੀ ਹੁਣ ਚਲੇ ਜਾਣਾ ਸਾਡਾ ਭਾਣਜਾ ਜੀ ਇਹ ਪ੍ਰਦੀਪ ਸਿੰਘ। ਪ੍ਰਸਾਦ ਸਕ ਲਿਆ ਜੀ ਸਾਰੀ ਸੰਗਤ ਨੇ ਅਤੇ ਪ੍ਰਸਾਦਾ ਸਕਣਾ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ। ਸਹਿਦੀ ਪਰਿਆੜ ਪੁੱਤ ਇੱਧਰ ਆਇਆ ਤੇਰੇ ਪਾਪੇ ਕੋਲ ਜਾ ਸਵੇਰੇ ਆਏ ਹੋ ਮੈਨੂੰ ਪਤਾ ਲੱਗੇ ਹਾਂਜੀ ਖੰਡ ਪਾਠ ਪ੍ਰਕਾਸ਼ ਦਾ ਭੋਗ ਪੈ ਗਿਆ ਭੂਆ ਜੀ ਕੇ। ਹੁਣ ਆਪਾਂ ਸਕਦੇ ਹਾਂ ਪ੍ਰਸ਼ਾਦਾ ਪਾਣੀ ਤੇ ਫਿਰ ਘਰੇ ਚੱਲਦੇ ਹਾਂ। ਚਲੋ ਜੀ ਸ਼ਕੀ ਚਲਾ ਦੋਸਤੋ ਮਹਾਰਾਜ ਦੀ ਸਵਾਰੀ ਚਲੀ ਗਈ ਤੇ ਸਿਮਰ ਕੀ ਵਿਚਾਰ ਨੇ ਭੂਆ ਕੇ ਕਿਵੇਂ ਰਿਹਾ ਪ੍ਰੋਗਰਾਮ? ਬਹੁਤ ਜ਼ਿਆਦਾ ਵਧੀਆ ਜੀ। ਜੀ ਲੱਗ ਗਿਆ ਦਿਆ ਕੇ ਪੂਰਾ ਵਧੀਆ ਜੀ ਕਿਉਂਕਿ ਭੂਆ ਜੀ ਕੇ ਵੀ ਆਪਣਿਆਂ ਵਾਂਗ ਹੀ ਆ ਕੋਈ ਉੱਪਰਾਂ ਨਹੀਂ ਲੱਗਦਾ ਇਹਨਾਂ ਦੇ ਜਿਹੜੇ ਸਾਰੇ ਆਲੇ ਦੁਆਲੇ ਆਸ ਗੁਆਂਢ ਵੀ ਆ ਉਹਨਾਂ ਨੇ ਵੀ ਬਹੁਤ ਵਧੀਆ ਪਿਆਰ ਕੀਤਾ। ਕੋਈ ਆ ਕੇ ਆਪਾਂ ਨੂੰ ਐਂ ਨਹੀਂ ਲੱਗਿਆ ਵੀ ਕੋਈ ਇੱਥੇ ਉੱਪਰ ਆ। ਵੈਸੇ ਭੂਆ ਸਾਡਾ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਕਰਦੀ ਆ ਉੱਥੇ ਵੀ ਸਾਨੂੰ ਹਮੇਸ਼ਾ ਮਿਲਣ ਆਉਂਦੀ ਆ ਵੀ ਜਿਹੜੀ ਖੜਦੀ ਆ ਕੇ ਤੇਰਾ ਵਧੀਆ ਕੀਤਾ ਬਹੁਤ ਜ਼ਿਆਦਾ ਵਧੀਆ।
ਸੁਭਾਅ ਭੂਆ ਦਾ ਤਾਂ ਵਧੀਆ ਵਧੀਆ, ਬਾਕੀ ਆਲੇ ਦੁਆਲੇ ਸਾਰਿਆਂ ਦਾ, ਆਸ ਗੁਆਂਢ ਦਾ, ਰਿਸ਼ਤੇਦਾਰ ਜੋ ਵੀ ਨੇ, ਕੁਲਦੀਪ ਭੈਣ ਹੋਣੀ ਜਿਨ੍ਹਾਂ ਨੇ ਕਰਵਾਇਆ, ਉਹ ਵੀ ਸਾਰੇ ਬਹੁਤ ਵਧੀਆ ਨੇ, ਸਾਰਿਆਂ ਨੇ ਬਹੁਤ ਇੱਜ਼ਤ ਮਾਣ ਤੇ ਪਿਆਰ ਦਿੱਤਾ ਬਹੁਤ ਜ਼ਿਆਦਾ। ਚਲੋ ਭਾਈ ਜੀ ਦੇਖਦੇ, ਉਹ ਭਾਈ ਦੇਖਦੇ ਨੇ ਕੀ ਬੋਲੀ ਜਾਂਦੀ, ਇੰਨੀ ਫਟਾਫਟ 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 ਕੀ ਕਰਦੀ ਜਾਂਦੀ ਆ। ਚਲੋ ਜੀ ਬਸ ਹੁਣ ਪ੍ਰਸ਼ਾਦਾ ਪਾਣੀ ਆਪਾਂ ਨੇ ਤੁਹਾਨੂੰ ਦੱਸਿਆ ਛਕ ਲਿਆ ਅਤੇ ਅਖੰਡ ਪਾਠ ਪ੍ਰਕਾਸ਼ ਹੋ ਗਿਆ ਅਤੇ ਹੁਣ ਆਪਾਂ ਚੱਲਦੇ ਹਾਂ ਘਰੇ, ਕਿਉਂਕਿ ਘਰੇ ਥੋੜ੍ਹੀ ਕਾਹਲੀ ਸਾਨੂੰ ਆਏ ਹਾਂ, ਸਾਡਾ ਚਿਗੀ ਘਰੇ ਆ ਕੁੱਤਾ, ਜਿਵੇਂ ਵੀਡੀਓ 'ਚ ਦੇਖਿਆ ਉਹ ਤੁਹਾਨੂੰ, ਉਹਦਾ ਔਖਾ ਬਹੁਤ ਆ ਵਿਚਾਰੇ ਦਾ, ਇਕੱਲਾ ਕੱਲ੍ਹ ਰਾਤ ਛੱਡ ਕੇ ਆਏ ਸੀ ਉਹਨਾਂ ਨੂੰ। ਹਾਂਜੀ ਦੋਸਤੋ, ਕਰਦੇ ਹਾਂ ਫਿਰ ਵੀਡੀਓ ਦਾ ਐਂਡ ਦੋਸਤੋ, ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰਿਓ, ਸ਼ੇਅਰ ਕਰਨੀ ਹੈ ਕਿਤੇ ਵੀ ਗਰੁੱਪ 'ਚ ਵਟਸਐਪ 'ਤੇ ਕਰ ਸਕਦੇ ਹੋ। ਸੋ ਠੀਕ ਹੈ ਜੀ, ਅਗਲੀ ਵੀਡੀਓ 'ਚ ਮਿਲਦੇ ਹਾਂ ਬਹੁਤ ਜਲਦ, ਥੈਂਕ ਯੂ, ਧੰਨਵਾਦ, ਬੱਬਾ ਆਈ।